ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਦੋਸਤੋ? ਠੀਕ ਠਾਕ ਹੋ? ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਕਾਫੀ ਦਿਨਾਂ ਬਾਅਦ ਲਾਈਵ ਹੋ ਰਹੇ ਹੈ ਤੇ ਹੁਣ ਇਸ ਵੇਲੇ ਮੈਂ ਗਿੱਦੜਵਾ ਹੈ ਗਿੱਦੜਵਾ ਅੱਜ ਪੂਰਾ ਦਿਨ ਪਿੰਡਾਂ ਦਾ ਦੌਰਾ ਕੀਤਾ ਔਰ ਪਿੰਡਾਂ ਦੇ ਦੌਰੇ ਤੋਂ ਬਾਅਦ ਫਿਰ ਹੁਣ ਗਿੱਦੜਵਾ ਸ਼ਹਿਰ ਚੱਲੇ ਹੈ। ਹੁਣ ਸ਼ਹਿਰ ਦੇ ਹਾਲਾਤ ਇਹ ਹੈ ਕਿ ਪਿਛਲੇ ਕਈ ਦਿਨਾਂ ਤੋਂ ਸ਼ਹਿਰ ਦੇ ਵਿੱਚ ਕੁਝ ਮਹੱਲਿਆਂ ਦੇ ਵਿੱਚ ਰੂਪਨਗਰ ਵਾਰਡ ਨੰਬਰ 8, ਵਾਰਡ ਨੰਬਰ 19, 18 ਕਈ ਮਹੱਲਿਆਂ ਦੇ ਵਿੱਚ ਪਾਣੀ ਹੈਗਾ, ਪਾਣੀ ਸੀਵਰੇਜ ਦਾ ਪਾਣੀ। ਉਹਦਾ ਮੇਨ ਕਾਰਨ ਹੈਗਾ ਕਿ ਇੱਕ ਜਿਹੜੀ ਯਾਰ ਚੁੱਪ ਕਰੋ ਬਈ ਗੁਰਪ੍ਰੀਤ ਜੀ, ਤੁਹਾਡਾ ਕੰਮ ਜ਼ਰੂਰੀ ਹੈ ਕਿ ਮੇਰਾ? ਸੋ ਉਹਦਾ ਮੇਨ ਕਾਰਨ ਇਹ ਹੈ ਕਿ ਜਿਹੜੀ ਡਿਸਪੋਜ਼ਲ ਤੇ ਮੇਨ ਰਾਈਜ਼ਿੰਗ ਜਾਂਦੀ ਹੈ ਉਹ ਟੁੱਟ ਗਈ, ਜਿਹੜਾ ਪਾਣੀ ਲੈ ਕੇ ਜਾਂਦੀ ਹੈ ਉਹ ਕਾਫੀ। ਪਿਛਲੀ ਵਾਰੀ ਮੇਨ ਰਾਈਜ਼ਿੰਗ ਲਾਈਨ ਇੱਕ ਵੱਡੀ ਜਿਹੜੀ ਇੱਥੋਂ ਪਾਈ ਆਪਾਂ 10 ਕਿਲੋਮੀਟਰ ਦੀ ਕਲਕੱਤੇ ਤੋਂ ਆਈ ਸੀ, ਉਹਦੀ ਲਾਗਤ 11 ਕਰੋੜ ਦੇ ਲਗਭਗ ਆਪਾਂ ਪੈਸਾ ਉਸ ਕੱਲੀ ਪਾਈਪ ਤੇ ਲਾਇਆ ਸੀ ਜਿਹੜੀ ਦੱਬ ਕੇ ਲੈ ਕੇ ਗਏ। ਪਰ ਜਿਹੜੀ CTPT ਤੋਂ ਉੱਥੋਂ ਚੱਲਦੀ ਅੱਗੇ ਜਾਂਦੀ ਹੈ ਉਹ ਹੁਣ ਖਰਾਬ ਹੈ। ਸਰਕਾਰ ਨੂੰ ਵਾਰ ਵਾਰ ਕਹਿ ਲਿਆ, ਪਿੱਛੇ ਜੇ ਬਿੰਟਾ ਅਰੋੜਾ ਜੀ, ਦੀਪਕ ਜੀ, ਕੁਝ MC ਸਾਹਿਬਾਨ ਸਾਰੇ ਜਾ ਕੇ ਮੰਤਰੀ ਸਾਹਿਬ ਨੂੰ ਮਿਲਣ ਗਏ ਸੀ, ਫਿਰ ਡਾਇਰੈਕਟਰ ਮਿਲੇ ਉਮਾ ਸ਼ੰਕਰ ਜੀ, ਉਹਨਾਂ ਨੇ ਵੀ ਕਿਹਾ ਸੀ ਵੀ ਅਸੀਂ ਇਹਨੂੰ ਜਲਦ ਕਰਾ ਦਿੰਦੇ ਹਾਂ ਠੀਕ। ਲੇਕਿਨ ਅੱਜ 20 ਦਿਨ ਬੀਤ ਜਾਣ ਤੋਂ ਬਾਅਦ ਸਰਕਾਰ ਕੋਲੇ ਇੱਕ ਫੁੱਟੀ ਕੌੜੀ ਨਹੀਂ ਹੈ। ਮੰਤਰੀ ਤਾਂ ਆ ਕੇ ਇੱਥੇ ਬੈਠ ਗਿਆ, ਮੰਤਰੀ ਸਾਹਿਬ ਕਹਿੰਦੇ ਮੈਂ ਬਹਿੰਦਾ ਇੱਥੇ ਰੈਸਟ ਹਾਊਸ ਅਮਨ ਅਰੋੜਾ ਜੀ, ਲੇਕਿਨ ਫੁੱਟੀ ਕੌੜੀ ਨਹੀਂ ਹੈ। ਸਾਡੇ MC ਸਾਹਿਬਾਨ ਉੱਥੇ ਵੀ ਜਾ ਕੇ ਮਿਲੇ ਆਏ ਕਿ ਉਹਦੇ ਤੇ ਜਿਹੜਾ 2-3 ਕਰੋੜ ਰੁਪਇਆ ਲੱਗੂਗਾ ਸਰਕਾਰ ਦੇਵੇ ਤੇ ਉਹ ਛੇਤੀ ਬਦਲ ਜਾਵੇ। ਹੁਣ ਕਿਸੇ ਠੇਕੇਦਾਰ ਨੂੰ ਇਹਨਾਂ ਨੇ ਕਿਹਾ ਕਿ ਯਾਰ ਇਹਨੂੰ ਬਦਲ ਕਿਵੇਂ ਨਾ ਕਿਵੇਂ, ਇੱਥੇ ਇਲੈਕਸ਼ਨ ਹੈਗਾ, ਟੈਂਡਰ ਹੋਇਆ ਨੀ, ਹੁਣ ਠੇਕੇਦਾਰ ਹੌਲੀ ਹੌਲੀ ਕੰਮ ਕਰ ਰਿਹਾ। ਮਤਲਬ ਕਿ 20 ਤੋਂ ਮਹੀਨਾ ਲੱਗੇਗਾ ਉਸ ਲਾਈਨ ਨੂੰ ਬਦਲਣ ਨੂੰ। ਇਹ ਸਰਕਾਰ ਦੇ ਹਾਲਾਤ ਹੈ, ਜੇ ਪੈਸੇ ਦੇ ਦੇਣ ਤਾਂ ਠੇਕੇਦਾਰ ਤੁਰੰਤ ਬਦਲ ਦੇ, ਲੇਕਿਨ ਪੈਸੇ ਇਹਨਾਂ ਕੋਲੇ ਹੈ ਨੀ, ਟੈਂਡਰ ਇਹਨਾਂ ਨੇ ਕੀਤਾ ਨੀ। ਬਿਨਾਂ ਟੈਂਡਰ ਤੋਂ 2 ਕਰੋੜ ਦਾ ਸਮਾਨ ਲਾਏਗਾ, ਕੱਲ ਨੂੰ ਹੋ ਸਕਦਾ ਠੇਕੇਦਾਰ ਦੀ ਪੇਮੈਂਟ ਨਾ ਹੋਵੇ। ਸੋ ਇਹ ਹਾਲਾਤ ਜਿਹੜੇ ਹੈ ਗਿੱਦੜਵਾ ਦੇ ਬਣੇ ਆ। ਪਿੱਛੇ ਜੇ ਹੁਣ CM ਸਾਹਿਬ ਆ ਰਹੇ ਸੀ ਸੁਣਿਆ ਕੱਲ ਪਰਸੋਂ, ਇਸ ਕਰਕੇ ਕੈਂਸਲ ਕਰਤਾ ਕਿ ਪਾਣੀ ਭਰਿਆ ਹੋਇਆ। ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਇਹ ਹਾਲਾਤ ਸਾਡੇ ਬਣੇ ਹੋਏ ਹੈ। ਸਰਕੂਲਰ ਰੋਡ ਤੇ ਪਾਣੀ ਹੈ, ਹੋਰ ਕਈ ਥਾਵਾਂ ਤੇ ਪਾਣੀ ਹੈ। ਬਾਰਿਸ਼ ਵੀ ਜ਼ਿਆਦਾ ਹੋਈ ਔਰ ਉਹ ਪਾਣੀ ਖਿੱਚਿਆ ਨਹੀਂ ਜਾਂਦਾ, ਉੱਥੇ ਮੋਟਰਾਂ ਚੱਲ ਨਹੀਂ ਰਹੀਆਂ, ਮੋਟਰਾਂ ਬੰਦ ਹੈ। ਸੋ ਇਸ ਕਰਕੇ ਪਾਣੀ ਹੌਲੀ ਹੌਲੀ ਡਾਊਨ ਹੋ ਰਿਹਾ। ਸੋ ਹੁਣ ਸਾਡੇ ਕੋਲ ਇਸ ਗੱਲ ਦਾ ਕੀ ਹੱਲ ਹੈ, ਕਿਉਂਕਿ ਆਪਣੀ ਜਿਹੜੀ ਕਮੇਟੀ ਹੈ ਉਹ ਸੀ ਕੈਟਾਗਰੀ ਹੈ, ਸਾਡੇ ਕੋਲ ਬਹੁਤੇ ਫੰਡ ਨਹੀਂ ਹੁੰਦੇ, ਪੈਸਾ ਆਉਂਦਾ ਨਹੀਂ, ਤੇ ਅਸੀਂ ਜਿੰਨਾ ਕੁ ਪੈਸਾ ਹੁੰਦਾ ਉਹ ਲਾਉਣੇ ਹੈ ਤੇ ਕੰਮ ਚਲਾਉਣੇ ਹੈ। ਉੱਥੇ ਵੀ ਬਹੁਤ ਸਾਰੀ ਦਖਲ ਅੰਦਾਜ਼ੀ ਹੈ, ਫਿਰ ਢਿੱਡ 'ਚ ਇਹਨਾਂ ਦੇ ਪੀੜ ਹੁੰਦੀ ਹੈ। ਅੱਜ ਅਸੀਂ 5 ਟੈਂਕੀਆਂ ਹੁਣ ਮੰਗਵਾਈਆਂ, ਕੱਲ੍ਹ ਦਾ ਮੈਨੂੰ ਜਦੋਂ ਪਤਾ ਲੱਗਿਆ 5 ਟੈਂਕੀਆਂ ਮੰਗਾਈਆਂ ਜਿਹੜੀਆਂ ਵੱਖ ਵੱਖ ਮਹੱਲਿਆਂ 'ਚ ਚੱਲ ਰਹੀਆਂ। ਤੁਹਾਨੂੰ ਆਉਣ ਵਾਲੇ ਸਮੇਂ 'ਚ ਉਹਦੀਆਂ ਵੀਡੀਓਜ਼ ਵੀ ਭੇਜਦੇ ਹਾਂ, ਜਿਨ੍ਹਾਂ ਨਾਲ ਅਸੀਂ ਪਾਣੀ ਸੱਕ ਕਰਕੇ ਤੇ ਬਾਹਰ ਡੋਲ ਕੇ ਆਵਾਂਗੇ ਤਾਂ ਜੋ ਕਮ ਸੇ ਕਮ ਗਲੀਆਂ ਦੇ ਵਿੱਚ ਪਾਣੀ ਨਾ ਮਿਲੇ।
ਸੋ 5-4 ਟੈਂਕੀਆਂ ਦੀ ਕੱਲ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਸਾਡੇ ਐਮਸੀ ਦੇ ਕੋਲੇ ਉਹ ਟੈਂਕੀ ਹੋਵੇ ਤੇ ਅਸੀਂ ਉਹਨੂੰ ਭਰਾ ਕੇ ਤੇ ਉਹਨੂੰ ਛੱਡ ਕੇ ਆਈਏ। ਇਹਦੇ ਪੈਸੇ ਕੋਈ ਸਰਕਾਰ ਨਹੀਂ ਦੇ ਰਹੀ, ਇਹ ਅਸੀਂ ਪੈਸੇ ਆਪਦੇ ਅਰੇਂਜ ਕਰਕੇ। ਮੈਂ ਕਿਹਾ ਜਿੱਥੋਂ ਮਰਜ਼ੀ ਅਸੀਂ ਪੈਸੇ ਦਿਓ, ਮੈਂ ਦੇਊਂਗਾ ਆਪਦੀ ਜੇਬ ਚੋਂ, ਲੇਕਿਨ ਗਲੀਆਂ ਦੇ ਵਿੱਚੋਂ ਪਾਣੀ ਇੱਕ ਵਾਰੀ ਖਤਮ ਕਰੋ। ਸੋ ਮੈਂ ਮਾਫੀ ਚਾਹੁੰਦਾ ਉਸ ਸੁਵਿਧਾ ਦੇ ਲਈ ਕਿਉਂਕਿ ਆਪਣੀ ਸਰਕਾਰ ਨਹੀਂ ਹੈ, ਔਰ ਮੈਂ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੋਇਆ ਹੁਣ ਵੀ ਗਿੱਦੜਵਾ ਸ਼ਹਿਰ ਦੇ ਵਿੱਚ ਹੈ। ਸੋ ਮੇਰੀ ਬੇਨਤੀ ਹੈ ਜਿੱਥੇ ਜਿੱਥੇ ਜਿਹੜੀ ਗਲੀ 'ਚ ਪਾਣੀ ਖੜਾ ਹੈ ਉਹ ਆਪਦੇ ਉੱਥੋਂ ਦੇ ਐਮਸੀ ਨਾਲ ਸੰਪਰਕ ਕਰੋ, ਜਿਹੜਾ ਆਪਣਾ ਜਿੱਤਿਆ ਹੋਇਆ ਐਮਸੀ ਹੈ ਕੌਂਸਲਰ, ਤੇ ਜਿੱਥੇ ਤੁਸੀਂ ਉਹਨਾਂ ਨਾਲ ਸੰਪਰਕ ਕਰੋਗੇ ਅਸੀਂ ਉਹਨੂੰ ਉੱਥੇ ਟੈਂਕੀ ਭੇਜ ਕੇ ਉਸ ਪਾਣੀ ਨੂੰ ਕੱਢਣ ਦਾ ਪ੍ਰਯਾਸ ਕਰਾਂਗੇ ਔਰ ਇੱਕ ਅੱਧੇ ਦਿਨ 'ਚ ਕੱਢਾਂਗੇ। ਕਈ ਲੋਕਾਂ ਨੇ ਕਿਹਾ ਕਿ ਰਾਜੇ ਵੜਿੰਗ ਨੂੰ ਵੋਟਾਂ ਪਾਈਆਂ, ਕਿਸੇ ਨੇ ਮੈਨੂੰ ਵੋਟਾਂ ਪਾਈਆਂ ਤਾਂ ਮੈਂ ਹੀ ਜ਼ਿੰਮੇਦਾਰ ਹਾਂ, ਕੋਈ ਐਸੀ ਗੱਲ ਨਹੀਂ। ਲੇਕਿਨ ਜੇ ਅੱਜ ਸਰਕਾਰ ਹੁੰਦੀ ਤਾਂ ਪਾਣੀ ਨਹੀਂ ਖੜਾ ਹੋਣਾ ਸੀ। 5 ਸਾਲ ਰਾਜੇ ਵੜਿੰਗ ਦੀ ਸਰਕਾਰ ਰਹੀ ਤੇ ਸ਼ਹਿਰ ਦੇ ਵਿੱਚ ਤੁਪਕਾ ਨਹੀਂ ਮੈਂ ਅਸੀਂ ਖੜਨ ਦਿੱਤਾ। ਸੋ ਹੁਣ ਵੀ ਇਸ ਗੱਲ ਦੀ ਜ਼ਿੰਮੇਦਾਰੀ ਲੈਂਦੇ ਹਾਂ ਕਿ ਪਾਣੀ ਨੂੰ ਕੱਢਣ ਦੀ ਜਿਹੜੀ ਜ਼ਿੰਮੇਦਾਰੀ ਹੈ ਉਹ ਅਸੀਂ ਲੈਂਦੇ ਹਾਂ, ਔਰ ਕੱਲ ਤੱਕ ਕਾਫੀ ਅਸੀਂ ਰਾਹਤ ਲੋਕਾਂ ਨੂੰ ਦੇਵਾਂਗੇ। ਹਾਲਾਂਕਿ ਬਹੁਤ ਮਾੜਾ ਹਾਲ ਹੈ, ਹੁਣ ਵੀ ਆ ਸ਼ਹਿਰ ਚੋਂ ਮੈਂ ਜਾ ਰਿਹਾ ਹਾਂ, ਪਾਣੀ ਹੈਗਾ, ਪਰ ਇਹਨੂੰ ਅਸੀਂ ਦੂਰ ਇੱਕ ਅੱਧੇ ਦਿਨ ਚ ਕਰਨ ਦਾ ਪ੍ਰਯਾਸ ਕਰ ਦਿਆਂਗੇ ਟੈਂਕੀਆਂ ਲਾ ਕੇ। ਕੱਲ ਨੂੰ ਸਾਡੇ ਕੋਲ 5 ਹੈ, 10 ਹੋ ਜਾਣੀਆਂ, ਸੋ 10 ਟੈਂਕੀਆਂ ਆ ਗਈਆਂ ਤੇ ਅਸੀਂ ਸ਼ਹਿਰ ਸੁੱਕਾ ਕਰ ਦਿਆਂਗੇ। ਸੋ ਮਾਫੀ ਦਿਓ, ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਕਿ ਬਾਰਿਸ਼ ਤੇ ਇਹ ਆ ਟੁੱਟਿਆ ਪਿਆ ਔਰ ਸਰਕਾਰ ਨਹੀਂ ਹੈ, ਸੋ ਇਸ ਕਰਕੇ ਤੁਹਾਨੂੰ ਕਸ਼ਟ ਹੋ ਰਿਹਾ, ਔਰ ਮੈਂ ਸਮਝਦਾ ਕਿ ਗਿੱਦੜਵਾ ਵਾਲੇ ਜ਼ਰੂਰ ਮੈਨੂੰ ਮਾਫ ਕਰਨਗੇ ਔਰ ਪ੍ਰਯਾਸ ਕਰਕੇ ਅਸੀਂ ਇਹਨੂੰ ਠੀਕ ਕਰਨ ਦਾ ਉਪਰਾਲਾ ਕਰਦਾ। ਧੰਨਵਾਦ।